ਕਲੇਰਾ ਹਿਸਾਬ ਲਊਗਾ ਉਹ ਵੀ ਉਹਨੇ ਜਨ ਤੱਕ ਕੀਤਾ ਜੋ ਉਹਨਾਂ ਦੇ ਅੰਦਰਲੀਆ ਕਰਤੂਤਾਂ ਨੇ ਇਹਨਾਂ ਦੇ ਕੱਚੇ ਕਾਲੇ ਚੱਠੇ ਨੇ ਉਹ ਖੈਰਾ ਕੱਢ ਕੇ ਲੈ ਕੇ ਆਉਂਦਾ ਖੈਰਾ ਐਸੇ ਕਰਕੇ ਚੁੱਬਦਾ ਇਹਨਾਂ ਨੂੰ ਸੋ ਉਹਨਾਂ ਨੇ ਖੈਰੇ ਦੀ ਬਹੁਤ ਧਰਾਵਾ ਲਾ ਕੇ ਉਹਦੇ ਗੈਰ ਜ਼ਮਾਨਤੀ ਬਰੰਟ ਜਾਰੀ ਕਰਤੇ ਉਹਨੂੰ ਫੜ ਕੇ ਵੀ ਅੰਦਰ ਸਿੱਟਣਗੇ ਤੂੰ ਯਾਦ ਰੱਖਿਓ ਤੇ ਆ ਜਿੰਨੇ ਕਾਂਗਰਸੀ ਐ ਆਪਣੇ ਆਪ ਨੂੰ ਸਾਰੇ ਪੰਜਾਬ ਦਰਦੀ ਕਹਾਉਣ ਵਾਲੇ ਵੱਡੇ ਬਣੇ ਫਿਰ ਹੁਣ ਬੰਦ ਕੇ ਪੱਗਾਂ ਇਹ ਕਿ ਅਸੀਂ ਕੋਈ ਬੰਦੇ ਨੇ ਖੜਨਾ ਨਹੀਂ ਪੰਜਾਬ ਦੇ ਲੋਕੋ ਜਿੱਦੇ ਕੋਈ ਖੇਰੇ ਦੇ ਗੱਲਬਾਤ ਆਉਂਦੀ ਆ ਆਫਤ ਆਉਂਦੀ ਆ ਨਾਲ ਦੀ ਨਾਲ ਕੋਈ ਸੱਦਾ ਮਿਲ ਜੇ ਕਦੇ ਇਕੱਠ ਦਾ ਕਦੇ ਹੋਰ ਦਾ ਉਹਦੇ ਸਾਰਾ ਪੰਜਾਬ ਛੜਕਾਂ ਦੇ ਚਾਹੀਦਾ ਅੱਗੇ ਆਪਾਂ ਘਰਾਂ 'ਚ ਬੈਠ ਕੇ ਬਹੁਤ ਬੰਦੇ ਗਮਾ ਲਏ ਤੁਸੀਂ ਅੱਗੇ ਵੀ ਚੁੱਪ ਕਰ ਗਏ ਅਮਰਸਪਾਲ ਦੇ ਅੱਖ ਚ ਹੀ ਕਿੰਨਾ ਖੜ ਗਏ ਦੂਜੇ ਮੁੰਡੇ ਸਾਡੇ ਜਿਹੜੇ ਅੰਦਰ ਦਿੱਤੇ ਸੀ ਕਿੰਨਾ ਉਹਨਾਂ ਦੇ ਹੱਕ 'ਚ ਖੜ ਗਏ ਚੁੱਪ ਕਰਕੇ ਐਂ ਡਰ ਕੇ ਘਰਾਂ 'ਚ ਵੜ ਕੇ ਨਹੀਂ ਗੱਲ ਬਣਨੀ ਨਹੀਂ ਤਾਂ ਜਿਹੜਾ ਸਾਡੇ ਪੰਜਾਬ ਲਈ ਕੋਈ ਲੜਦਾ ਕੋਈ ਬੋਲਦਾ ਸੰਘਰਸ਼ ਕਰਦਾ ਇਕੱਲੇ-ਇਕੱਲੇ ਨੂੰ ਇਕੱਲੇ-ਇਕੱਲੇ ਨੂੰ ਚੱਕ ਕੇ ਅੰਦਰ ਸਿੱਟਣਗੇ ਇਹ ਮੇਰੀ ਗੱਲ ਯਾਦ ਰੱਖਿਓ ਤੇ ਬਾਰੀ ਸਭ ਦੀ ਆਉਣੀ ਹੈ ਤੇ ਇਥੇ ਕੋਈ ਵੀ ਸਾਡੇ ਬੋਲਣ ਵਾਲੇ ਸਾਡੇ ਹੱਕਾਂ ਲਈ ਕੋਈ ਵੀ ਨਹੀਂ ਖੜਨਾ ਭਰਾਵੋ ਗੱਲ ਮੇਰੀ ਯਾਦ ਰੱਖ ਲਿਓ ਸੇਸ਼ ਕਰਕੇ ਮੈਂ ਕਹਿਣਾ ਇਸ ਅਸੀਂ ਗਲਤੀਆਂ ਵਾਰ-ਵਾਰ ਨਾ ਕਰ ਜਾਈਏ ਅਸੀਂ ਬੰਦਾ ਗਮਾਉਣ ਤੋਂ ਬਾਅਦ ਫਿਰ ਸੋਚਦੇ ਹੁੰਦੇ ਹੁਣ ਜੇ ਸਾਡਾ ਬੰਦਾ ਕੋਈ ਇਹ ਸਟੇਟ ਮਰਵਾ ਦਿੰਦੀ ਹੈ ਚਾਹੇ ਸਾਡਾ ਬੰਦਾ ਚੱਕ ਕੇ ਅੰਦਰ ਸਿੱਟ ਦਿੰਦੀ ਆ ਮਗਰੋਂ ਜਾ ਕੇ ਹੱਥ ਮਿਲ ਜੰਨੇ ਉਹ ਪੁਸਤਾਈ ਜੰਨੇ ਯਾਰ ਉਦੋਂ ਖੜ ਜਾ ਕਰੋ ਯਾਰ ਧੋਖ ਮਨਵਾਜੀ ਵੀ ਇਸ ਗੱਲ ਦਾ ਕਿ ਅਮਰਸਪਾਲ ਵਾਲੀ ਘਟਨਾ ਤੋਂ ਬਾਅਦ ਲੋਕਾਂ ਦਾ ਜਿਵੇਂ ਚਾਹੀਦਾ ਸੀ ਬੇਕਸੂਰ ਚੱਕ ਕੇ ਐਨਐਸਏ ਲਾਤੀ ਯਾਰ ਐਡਾ ਧੱਕਾ ਅਸੀਂ ਅੱਜ ਵੀ ਨਹੀਂ ਬੋਲ ਰਹੇ ਆ ਕਿੱਥੇ ਮਰ ਗਏ ਸਾਡੇ ਪੰਥਦਰ ਦੀ ਬਾਈ ਕਿੱਥੇ ਪੰਜਾਬਦਰ ਦੀ ਆਪਣੇ ਆਪ ਨੂੰ ਕਹਾਉਣ ਵਾਲੇ ਬੋਲ ਰਿਹਾ ਕੋਈ ਇਹਦਾ ਸਾਰੇ ਖੁਸ਼ੀ ਮਨਾਉਂਦੇ ਬਠੀਕਾ ਕਿੱਥੇ ਪੰਦਰੋਂ ਅਮਰਸਪਾਲ ਆਪਣੇ ਆਕੇ ਸਿਰ ਤੇ ਬਹਿ ਗਿਆ ਸੀ ਸਾਡੀਆਂ ਤਾਂ ਨੇ ਰੋਜ਼ੀ-ਰੋਟੀ ਬੰਦ ਕਰ ਦੁਕਾਨਾਂ ਹੀ ਬੰਦ ਕਰਦੇ ਸੀ ਇਹ ਬੰਦੇ ਨੇ ਇਹਨੂੰ ਜਵਾਬ ਲਿਓ ਜਲੰਧਰ ਵਾਲਿਓ ਜਵਾਬ ਲਿਓ ਆ ਦਲਾਲ মিডিਆ ਨੇ ਜਵਾਬ ਨਹੀਂ ਲੈਣਾ ਦਲਾਲਾਂ ਨੇ ਇਹ ਦਲਾਲ মিডিਆ ਜਿਹੜਾ ਬਕਾਊ মিডিਆ ਪੰਜਾਬ ਦਾ ਕੌਲੀ ਚੱਟ মিডিਆ 2.5 ਲੱਖ ਰੁਪਇਆ ਤੁਹਾਨੂੰ ਦੱਸ ਦੇਣਾ 2.5 ਲੱਖ ਰੁਪਇਆ ਇੱਕ ਦਿਨ ਦਾ ਇੱਕ ਚੈਨਲ ਲੈ ਰਿਆ ਇੱਕ ਇੱਕ ਦਿਨ ਦਾ ਇਹ ਝਾਲੂ ਇਹ ਬੌਕਰ ਪਾਰਟੀ ਦਾ ਬੰਨਿਆ ਹੋਇਆ 2.5 ਲੱਖ ਰੁਪਇਆ ਇੱਕ ਦਿਨ ਦਾ 2.5 ਲੱਖ ਇੱਕ ਚੈਨਲ ਨੂੰ ਦੰਦੇ ਆ ਕਿ ਤੂੰ ਸਾਡੇ ਖਿਲਾਫ ਨਹੀਂ ਕੋਈ ਖਬਰ ਚ ਲਾਉਣੀ ਸਾਡੇ ਵਿਰੋਧੀਆਂ ਨਹੀਂ ਚਲਾਉਣੀ ਸਾਡੇ ਹੱਕ ਚ ਲਾਉਣੀ ਐ ਇਸੇ ਕਰਕੇ ਤੁਸੀਂ ਦੇਖ ਰਹੋ ਆ ਜਿਹੜੇ ਆ ਐਸੇ ਮੂਸੇ ਵਾਲੇ ਦੇ ਘਰੇ ਕੌਲੀ ਚੜਦੇ ਫਿਰਦੇ ਸੀਗੇ ਉਹਦੇ ਕੁੱਤਿਆਂ ਦੀ ਰੱਖੇ ਹੋਏਆਂ ਦੇ ਵੀ ਪੂਛਾਂ ਚੜਦੇ ਫਿਰਦੇ ਸੀਗੇ ਮਗਰੋਂ ਇਹ ਜੀਭਾਂ ਮਾਰਦੇ ਫਿਰਦੇ ਸੀ ਆ ਮੂਸੇ ਵਾਲ ਦਾ ਕੁੱਤਾ ਆ ਮੂਸੇ ਵਾਲ ਦਾ ਟ੍ਰੈਲੀ ਆ ਆ ਟਰੈਕਟਰ ਆ ਆ ਗੱਡੀ ਆ ਆ ਫਰਾਨਾ ਟਿਮਕਾ ਇਹ ਵੋ ਕਰਦੇ ਹੀ ਨਾ ਕਿਆ ਉਦੋਂ ਪੈਸੇ ਕਮਾਉਣੇ ਸੀ ਵਿਊ ਲੈਣੇ ਸੀ ਇਹ ਉਹ ਕਤੀੜਾਂ ਨੇ ਇਹ ਉਹ ਗਿਰਜਾਂ ਨੇ ਜਿਹੜੀਆਂ ਪੰਜਾਬ ਦੇਆਂ ਲਾਸ਼ਾਂ ਦੇ ਉੱਤੇ ਆਪਣੀਆਂ ਰੋਟੀਆਂ ਸੇਕ ਰਹੀਆਂ ਨੇ ਪੰਜਾਬ ਦੀ ਜਬਾਨੀ ਤੇ ਦਲਾਲ ਆ ਕੌਲੀ ਚਟ ਮੀਡੀਆ ਕਿਹੜਾ ਮੀਡੀਆ ਉਹ ਜਿਹੜਾ ਕਬਰ ਕਰ ਰਿਹਾ ਮੁਸਲ ਦੇ ਪਿਓ ਨੂੰ ਅੱਜ ਕਿੰਦੇ ਮਰ ਗਏ ਤੁਸੀਂ ਲੈਣਾ ਲੱਗੀਆਂ ਹੁੰਦੀਆਂ ਨੇ ਘਰੇ ਜਦੋਂ ਉਹਦੀ ਮੌਤ ਹੋਈ ਐ ਸਸਕਾਰ ਹੋਇਆ ਦਾ ਭੋਗ ਪਿਆ ਉਹਦੀ ਵਰਸੀ ਮਨਾਈ ਹੁਣ ਵੀ ਨਹੀਂ ਹਟਦੇ ਜਾ ਕੇ ਇੰਟਰਵਿਊ ਕਰਦੇ ਆ ਫਲਾਨਾ ਉੱਥੇ ਗਿਆ ਕ ਆ ਗਿਆ ਠਿੰਕਾ ਆ ਗਿਆ ਇਹ ਸਾਰਾ ਦਿਖਾਉਨੇ ਆ ਹੁਣ ਕੀ ਹੋ ਗਿਆ ਅੱਜ ਕਿੰਨੇ ਕਿ ਮੀਡੀਆ ਨੇ ਚਲਾਈ ਆ ਗੱਲ ਇਹ ਵੀ ਮੂਸੇ ਵਾਲੇ ਦੇ ਪਿਓ ਦਾ ਕੀਤਾ ਹੋਇਆ ਕਾਫਲੇ ਦੇ ਵਿੱਚ ਇਕੱਠ ਆ ਪੁਲਿਸ ਨੇ ਖਦੇੜਿਆ ਭਵੰਤਮਾਨ ਨੇ ਖਦੇੜਿਆ ਕਿਉਂ ਨਹੀਂ ਬੋਲਦੇ ਇਹਨਾਂ ਦੇ ਮੂੰਹ ਚ ਬੁਰਕੀ ਪਾਤੀ ਬਾਈ ਬੁਰਕੀ ਇਹ ਜੀਬਾਂ ਮਾਰਦੇ ਆ ਚੜਦੇ ਆ ਜਾ ਕੇ ਚੱਪਲਾਂ ਛੱਡਦੇ ਆ ਜਾ ਕੇ ਸੋ ਪੰਜਾਬ ਦੇ ਲੋਕੋ ਇਹ ਇਹ ਮੇਰੀ ਗੱਲ ਯਾਦ ਰੱਖੋ ਇਹ 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 ਸਭ ਤੋਂ ਖਤਰਨਾਕ ਹੈ ਇਹਦਾ ਕੇਜਰੀਵਾਲਾ ਸਭ ਤੋਂ ਖਤਰਨਾਕ ਆ ਕਿ ਜੋ ਪੰਜਾਬ ਨਾਲ ਕਹਿੰਦਾ ਨਾ ਆ ਕੇ ਧਮਕੀਆਂ ਦਿੰਦਾ ਕਿ ਨਹੀਂ ਦਿੰਦਾ ਕਿ ਕੋਈ ਗੱਲ ਨਹੀਂ ਸਰਕਾਰ ਤਾਂ ਸਾਡੀ ਆ ਕੰਮ ਤਾਂ ਸਾਡੇ ਕੋਲੋਂ ਲੈਣਾ ਲੈ ਦੱਸ ਤੂੰ ਕਿਹੜੇ ਵਾਗ ਦੀ ਮੂਲੀ ਹੋ ਇੱਥੇ ਤਾਂ ਅਨੇਕਾਂ ਤੁਰ ਕੇ ਪੰਜਾਬ ਦੀ ਧਰਤੀ ਦੇ ਦ ਬਹਿਰੇ ਇੱਥੇ ਕਹਿੰਦੇ ਕਿ ਆਉਂਦੇ ਖੱਬੀ ਖਾਣ ਆਏ ਆ ਸਵੇਸ ਕਰਕੇ ਪੰਜਾਬ ਦੇ ਲੋਕੋ ਹੁਣ ਸੋਡਾ ਕੋਈ ਦਰਦੀ ਨਹੀਂ ਬਾਈ ਇੱਥੇ ਆ ਜਿੰਨੇ ਵੱਡੇ ਵੱਡਿਆਂ ਗੱਲਾਂ ਕਰਨ ਵਾਲੇ ਪੰਜਾਬ ਦੀਆਂ ਕੌਮ ਦੀਆਂ ਪੰਜਾਬ ਨੂੰ ਆ ਹੋ ਗਿਆ ਬੀਜੇਪੀ ਆ ਹੋ ਗਈ ਆ ਹੋਰ ਗਈ ਸਭ ਖਾਕੀ ਨਿਕਰਾਂ ਪਾ ਕੇ ਉਹ ਚੜ ਗਏ ਬੀਜੇਪੀ ਦੀ ਕੋੜੀ ਅਬ ਐਸ ਦੇਖ ਲੋ ਇੱਥੇ ਇਹਨਾਂ ਤੋਂ ਕੋਈ ਉਮੀਦ ਨਾ ਰੱਖੋ ਭਾਈ ਜੇ ਪੰਜਾਬ ਬਚਾਉਣਾ ਤੁਹਾਨੂੰ ਅਪੀਲ ਕਰਦਾ ਆਪਣੀਆਂ ਨਸਲਾਂ ਬਚਾਉਣੀਆਂ ਤਾਂ ਚੁੱਪ ਕਰਕੇ ਭਰਾਵੋ ਜਦੋਂ ਕੋਈ ਤੁਹਾਡੇ ਲਈ ਬੰਦਾ ਤੁਹਾਨੂੰ ਲੱਗਦਾ ਵੀ ਕਿੱਦਾਂ ਬੰਦਾ ਹੀ ਹੁੰਦਾ ਇੱਥੇ ਕਿ ਇਹ ਬੰਦਾ ਸਾਡੇ ਲਈ ਕੋ ਖੜਨ ਵਾਲਾ ਬੋਲਣ ਵਾਲਾ ਹੈ ਤਾ ਮੇਰਾ ਵੀ ਉੱਥੇ ਨਾ ਓਏ ਉੱਥੇ ਨਾ ਤੁਸੀਂ ਗਲਤੀ ਖਾ ਜਾਓ ਏ ਬੰਦੇ ਥੋੜੇ ਰਹਿ ਗਏ ਪੰਜਾਬ ਕੋਲੇ ਦੇਖਿਓ ਜੇ ਕੱਲ ਨੂੰ ਖੈਰੇ ਦੇ ਕੋ ਗੱਲਬਾਤ ਆਉਂਦੀ ਹੈ ਤਾਂ ਸਾਰਾ ਪੰਜਾਬ ਬਾਹਰ ਆਇਓ ਏ ਸੋਡੇ ਲਈ ਲੜ ਰਿਹਾ ਪੰਜਾਬ ਲਈ ਲੜ ਰਿਹਾ ਸਭ ਤੋਂ ਉਸ ਪਾਰਟੀ 'ਚ ਰਹਿ ਕੇ ਵੀ ਜਿਹੜੀ ਉਹ ਵੀ ਪੰਜਾਬ ਦੇ ਹਮੇਸ਼ਾ ਵਿਰੋਧੀ ਰਹੀ ਹੈ ਉਹ ਪਾਰਟੀ 'ਚ ਰਹਿ ਕੇ ਵੀ ਉਹਨੇ ਆਪਣੇ ਪੰਜਾਬ ਦੀ ਗੱਲ ਨਹੀਂ ਛੱਡੀ ਨੇ ਲੱਗਣਾ ਸਾਨੂੰ ਜੀ ਪਾਰਟੀ ਦੀਆਂ ਹਦੈਤਾਂ ਨੇ ਜੀ ਫਲਾਣਾ ਜੀ ਟਿਮਕਾ ਨਹੀਂ ਅਸੀਂ ਨਹੀਂ ਬੋਲ ਸਕਦੇ ਜੀ ਸਾਨੂੰ ਤਾਂ ਦਿੱਲੀ ਹਾਈ ਕਮਾਂਡ ਪੁੱਛ ਲੂਗੀ ਜੀ ਨਹੀਂ ਉਨੇ ਕੱਲਾ ਸੋਚੀਆਂ ਨਹੀਂ ਆ ਸਾਰੇ ਆ ਸਾਰੇ ਜਿਹਨੇ ਕਾਂਗਰਸੀ ਹੁਣ ਫਿਰ ਲਿਆ ਤਰਲੋ ਮੱਛੀ ਹੋਏ ਉੱਥੇ ਇਹ ਸਾਰੇ ਖੈਰੇ ਨੂੰ ਖੁੰਝੇ ਲਾਉਣ ਨੂੰ ਫਿਰਦੇ ਆ ਇਸ ਇਕੱਲੇ ਖੈਰੇ ਨੂੰ ਨਹੀਂ ਇਹ ਹਰੋ ਲੀਡਰ ਨੂੰ ਹਰੋ ਬੰਦੇ ਨੂੰ ਖੁੰਝੇ ਲਾਉਣਗੇ ਆ ਚਾਹੇ ਬਾਦਲ ਵਾਲੇ ਹੋਣ ਚਾਹੇ ਕਾਂਗਰਸੀ ਹੋਣ ਬੋਕਰ ਦਾਪਾ ਦੇਖ ਹੀ ਰਹੇ ਆ ਇਹ ਸਾਰੇ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਨਗੇ ਸੋ ਪੰਜਾਬ ਦੇ ਲੋਕੋ ਇਹ ਇਹ ਅੱਜ ਮੈਂ ਗੱਲ ਹੈਰਾਨੀ ਮੈਨੂੰ ਇਸ ਗੱਲ ਦੀ ਹੋਈ ਆ ਜਦੋਂ ਉੱਥੇ ਨੌਜਵਾਨਾਂ ਨੂੰ ਧੱਕੇ ਮਾਰ ਕੇ ਪੁਲ ਦੇ ਥੱਲੋਂ ਪੁਲਿਸ ਭਜਾ ਰਹੀ ਸੀ ੱੱੱਕੇ ਮਾਰ ਕੇ ਉੱਥੇ ਲੋਕ ਕਿਉਂ ਨਹੀਂ ਬੈਠੇ ਸੜਕ ਤੇ ਯਾਰ ਇੰਨੇ ਇੰਨੀ ਬੁਇਦਰੀ ਨਾ ਯਾਰ ਦਿਖਾਓ ਤੁਸੀਂ ਕਹਾਂ ਹਾਂ ਯਾਰ ਖੜੇ ਜਾਂ ਦਿਓ ਕਿਹੜਾ ਪਰਚਾ ਦੇਣਾ ਲੈ ਜਾਓ ਫੜ ਕੇ ਉਹਦੇ ਪੁਲਿਸ ਨੇ ਇੱਕ ਆਦੀ ਬੋਲਤਾ ਰੌਂਡ ਅਪ ਕਰ ਲਾਂਗੇ ਜੀ ਫੜ ਲਾਂਗੇ ਜੀ ਕਾ ਫੜ ਲਓ ਯਾਰ ਕਿੰਨਾ ਕਿੰਨੂੰ ਫੜ ਲੈਣਗੇ ਇਹ ਜਦੋਂ ਆਇਆ ਕੱਲੇ ਕੱਲੇ ਨਿਖਣ ਜਾਂ ਫਿਰ ਕੱਲੇ ਕੱਲੇ ਨੂੰ ਡਰਾ ਲੈਂਦੇ ਆ ਇਹ ਸੁਲਸ ਕਰਕੇ ਇੱਕ ਤਾਂ ਇਹ ਅਪੀਲ ਹੈ ਕਿ ਜੇ ਕੋ ਖੈਰੇ ਨੂੰ ਇਹ 19 21 ਕਰਦੇ ਆ ਸਾਨੂੰ ਇਹਦਾ ਪਤਾ ਹੈ ਉਹਦੀ ਪਾਰਟੀ ਨੇ ਆ ਯਲੜਾ ਨੇ ਤਾਂ ਖੜਨਾ ਨਹੀਂ ਕਿਸੇ ਨਾਲ ਉਹਨਾਂ ਨਾਲ ਨਾ ਖੈਰੇ ਨਾਲ ਉਹਦੀ ਪਾਰਟੀ ਕੋਈ ਨਹੀਂ ਖੜਦੀ ਮੈਂ ਤੁਹਾਨੂੰ ਦੱਸਦਾ ਸਾਫ਼ ਹੈ ਪੰਜਾਬ ਦੇ ਲੋਕੋ ਖੜ ਜਿਓ ਚੰਗਾ ਇੱਕ ਲੀਡਰ ਹੈ ਤੇ ਆ ਮੂਸੇ ਵਾਲੇ ਦੇ ਜੇ ਮੂਸੇ ਵਾਲ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਆ ਬਾਕੀ ਦਰਦ ਹੈਗਾ ਉਸ ਪੰਜਾਬ ਦੇ ਪੁੱਤ ਦਾ ਉਹ ਬਲਕੌਰ ਸਿੰਘ ਦਾ ਮਾਦਾ ਚਰਨ ਕਿਉਂ ਦਾ ਪੁੱਤ ਨਹੀਂ ਮਰਿਆ ਉਹ ਪੂਰੇ ਪੰਜਾਬ ਦਾ ਪੁੱਤ ਮਾਰਿਆ ਇਹਨਾਂ ਇਹਦੀ ਸਰਕਾਰ ਚ ਬੈਠੇ ਕਾਤਲਾ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਬੰਦਾ ਇਹ ਵਿਚਾਰਿਆ ਬਲਤੇਜ ਪੰਨੂ ਜਿਹਦਾ ਨਾਂ ਮੂਸੇਲ ਦੇ ਪਿਓ ਨੇ ਕਈ ਵਾਰੀ ਲਿਆ ਕਿ ਉਹ ਤਰਾ ਉੱਥੇ ਮੀਡੀਆ ਸਲਾਹਕਾਰ ਬਣਿਆ ਹੋਇਆ ਨਾਲ ਬੈਠਦਾ ਔਰਦਾ ਹੱਥ ਨੇ ਸਾਕੋ ਸਾਂਝਾ ਕਰਦੇ ਆ ਇਹ ਬੈਠ ਕੇ ਉਹ ਬੰਦਾ ਇੱਕ ਦੋ ਬੰਦੇ ਹੋਰ ਆ ਜਿਹੜੇ ਮੂਸੇਲ ਦੇ ਬਾਪੂ ਨੇ ਨਾਂ ਲਏ ਆ ਉਨਸਾਫ ਲੈਣ ਲਈ ਗਿਆ ਇਹ ਪਤਾ ਇਹਨਾਂ ਨੇ ਹੋਰ ਕੀ ਮਾਹੌਲ ਚਲਾਇਆ ਆ ਇਹਨਾਂ ਦਾ ਖਚੀਮਾ ਮੰਤਰੀ ਇਹ ਜਿਆਦੇ ਮਰੇ ਹੋਏ ਪੁੱਤ ਦੇ ਕਹਣਾ ਸਿਆਸਤ ਕਰਨ ਗਿਆ ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਦਾ ਮਰੇ ਨਾ ਜਿਹਦਾ ਮਰਦਾ ਪਤਾ ਉਹਨੂੰ ਲੱਗਦਾ ਇਹਨਾਂ ਨੇ ਇਹਨਾਂ ਦੇ ਆਈਟੀ ਸੈੱਲ ਨੇ ਇੱਕ ਟ੍ਰੈਂਡ ਚਲਾਤਾ ਪੋਸਟਾਂ ਪਾ ਪਾ ਕੇ ਸੋਸ਼ਲ ਮੀਡੀਆ 'ਤੇ ਮਹਿਮਚਲਾਈ ਹੋਈ ਹੈ ਕਿ ਮੂਸਲਮਾਨ ਕਾਂਗਰਸ ਨੂੰ ਜਿਤਾਉਣ ਗਿਆ ਫਲਾਣੇ ਨੂੰ ਜਿਤਾਉਣ ਗਿਆ ਉਹਨੇ ਕਾਂਗਰਸ ਦਾ ਨਾਮ ਲਿਆ ਉਹਨੇ ਪੰਜੇ ਦਾ ਨਾਮ ਲਿਆ ਉਹਨੇ ਤਾਂ ਇਹ ਵੀ ਕਿਹਾ ਵੀ ਭਾਵੇਂ ਨੋਟਾ ਨੂੰ ਪਾ ਦਿਓ ਯਾਰ ਨਾ ਪਾਓ ਕਿਸੇ ਨੂੰ ਪਰ ਇਹਨਾਂ ਨੂੰ ਸਬਕ ਸਿਖਾਓ ਜਿਹਦੇ ਜ਼ਿਆਦੇ ਭੂਤ ਸਵਾਰ ਹੋਇਆ ਫਤੂਰ ਚੜਿਆ ਜਿਹਨੂੰ ਜਾਰੇ ਨਸ਼ਾ ਚੜਿਆ ਹੋਇਆ ਸਤਾ ਦਾ ਪਾਵਰ ਦਾ ਇਹਨੂੰ ਸਬਕ ਸਿਖਾਓ ਸੰਗਰੂਰ ਸਿਖਾਈ ਸੀ ਤੁਸੀਂ ਜਿਮਨੀ ਚੌਣ 'ਚ ਜਲੰਧਰ ਵਾਲਿਓ ਮੌਕਾ ਤੁਹਾਡੇ ਕੋਲੇ ਆ ਬਾਈ ਇਹ ਸਭ ਤੋਂ ਜ਼ਿਆਦਾ ਮਾਰੇ ਆ ਯਾਰ ਮੈਂ ਕਿਸੰਦਰਾ ਮਾਰੇ ਦਾ ਸਾਰੀ ਨਹੀਂ ਆਦੇ ਪੰਜਾਬ ਦਾ ਕੋਈ ਵੀ ਨਹੀਂ ਹੋਇਆ ਪੰਜਾਬ ਸਾਰਿਆਂ ਦਾ ਹੀ ਹੋਇਆ ਇਹਨਾਂ ਨੇ ਲੁੱਟਿਆ ਹੀ ਆ ਪੰਜਾਬ ਨੂੰ ਸੋ ਇਸ ਕਰਕੇ ਬਾਈ ਅਪੀਲ ਹੈ ਬੇਸ਼ੱਕ ਉਸ ਰਿਕਾਰਡ ਬਣ ਜੇ ਉਹ ਨੋਟ ਆ ਜਾ ਦਬਦਿਆ ਕਰੋ ਪਰ ਇਹਨਾਂ ਦੀ ਧੌਣ ਚ ਕਿੱਲਾ ਕੱਢ ਦਿਓ ਕਿ ਕਿਵੇਂ ਇਹ ਸਾਰਾ ਮੀਡੀਆ ਨੂੰ ਡਰਾ ਕੇ ਦਵਾ ਕੇ ਖਰੀਦ ਕੇ ਕਿਵੇਂ ਲੋਕਾਂ ਦੇ ਝੂਠੇ ਮੁਕੱਦਮੇ ਜਿਹੜੇ ਬੰਦੇ ਇਹਨਾਂ ਨੂੰ ਬੋਲਦੇ ਆ ਕਿਵੇਂ ਪੱਤਰਕਾਰਾਂ ਦੇ ਚੈਨਲ ਬੰਦ ਕਿਵੇਂ ਪੇਜ ਬੰਦ ਕਿਵੇਂ ਟਵਿੱਟਰ ਬੰਦ ਕਿਵੇਂ ਇਹਨਾਂ ਨੇ ਫੜ ਫੜ ਮੁੰਡੇ ਆਪਣੇ ਅੱਛੇ ਕਿੰਨੇ 307 ਦੇ ਮੁਕਦਮੇ ਦਿੱਤੇ ਹਰੀਕੇ ਪੱਤਣ ਕਿੰਨੀਆਂ ਗੱਡੀਆਂ ਮੋਟਰਸਾਈਕਲ ਭੰਨੇ ਕੀ ਕੁਛ ਕੀਤਾ ਕਿਵੇਂ ਜਰੀਰ ਕੀਤਾ ਕਿਵੇਂ ਬਦਨਾਮ ਕੀਤਾ ਸਿੱਖਾਂ ਨੂੰ ਪੂਰੀ ਦੁਨੀਆ ਅੰਦਰ ਪੂਰੇ ਭਾਰਤ ਅੰਦਰ ਇਹ ਸਬਕ ਤੁਸੀਂ ਸਿਖਾਉਣਾ ਬਾਈ ਇਹ ਭੁੱਲਿਆ ਨਾ ਕਰੋ ਭੁੱਲਿਆ ਨਾ ਕਰੋ ਮੈਂ ਕੱਲ ਵੀ ਬੋਲਿਆ ਸੀ ਸਾਰੇ ਭੁੱਲ ਕੇ ਬਾਦਲ ਦੀਆਂ ਸਾਰੀਆਂ ਜਿੰਨੀਆਂ ਕਰਤੂਤਾਂ ਸੀਗੀਆਂ ਸਾਰੇ ਵਹਿਗਰੂ ਵਹਿਗਰੂ ਲਿਖੀ ਜਾਂਦਾ ਮਾੜਾ ਹੋਇਆ ਮਾੜਾ ਹੋਇਆ ਇਹ ਭੁੱਲ ਦੇ ਬਹੁਤ ਛੇਤੀਆਂ ਸਾਡੀ ਆਤ ਬਹੁਤ ਖੋਟੀ ਐ ਇਹ 76 ਵੀ ਤੰਗ ਹੀ ਖਾ ਰਹੇ ਆ ਮੈਂ ਫੇਰ ਕਹਿਣਾ ਦੁਨੀਆ ਦਾ ਇਤਿਹਾਸ ਚੱਕ ਕੇ ਦੇਖ ਲੋ ਕੌਮਾਂ ਹਜ਼ਾਰਾਂ ਹਜ਼ਾਰਾਂ ਸਾਲ ਆਪਣੇ ਜ਼ਖਮਾਂ ਨੂੰ ਭੁੱਲਦੀਆਂ ਨਹੀਂ ਉਹ ਤੁਸੀਂ ਤਾਂ 6 ਮਹੀਨਾ ਜੀ ਭੁੱਲ ਜਾਂਦੇ ਆ ਓਏ ਇੱਧਰ ਪਈਆਂ ਇੱਧਰ ਲਈ ਗੱਲ ਤੇ ਪੰਗਿਆਂ ਇੱਧਰ ਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਵੀ ਕੀ ਹੋਈ ਜਾਂਦਾ ਐਡੇ ਨਖਿੱਧ ਨਾ ਬਣੋ ਐਡੇ ਬੇਜ਼ਮੀਰੇ ਐਡੇ ਬੇਗਿਆਰਤ ਨਾ ਬਣੋ ਯਾਰ ਇਹ ਸਾਡਾ ਇਤਿਹਾਸ ਨਹੀਂ ਹੈਗਾ ਯਾਦ ਰੱਖਿਆ ਕਰੋ ਇਹ ਦਿਲ ਚ ਰੱਖਿਆ ਕਰੋ ਗੱਲਾਂ ਦਿਲ ਚ ਕਿ ਕਿਹੜਾ ਬੰਦਾ ਸਾਡੇ ਪੰਜਾਬ ਦੇ ਨਾਲ ਕੀ ਧੋਖਾ ਮਾ ਕੇ ਗਿਆ ਹੈ ਕੀ ਗਦਾਰੀਆਂ ਕਰਕੇ ਆ ਕਿਹੜੀਆਂ ਗਦਾਰੀਆਂ ਕਰ ਰਿਹਾ ਇਹ ਭੁੱਲਿਓ ਨਾ ਭੁਲਣਾਲੀਆਂ ਕੌਮਾਂ ਜਾਂਉਂਦੀਆਂ ਨੇ ਨਹੀਂ ਰਹਿੰਦੀਆਂ ਜਿਹੜੀਆਂ ਕੌਮਾਂ ਆਪਣੇ ਬੀਤੇ ਹੋਏ ਨੂੰ ਆਪਣੇ ਇਤਿਹਾਸ ਆਪਣੀ ਦਿੱਤ ਨੂੰ ਭੁੱਲ ਜਾਂਦੀਆਂ ਨੇ ਆਪਣੇ ਦੇ ਪਈਆਂ ਹੋਈਆਂ ਮਾਰਾਂ ਜੋ ਹੋਏ ਜ਼ੁਲਮ ਨੂੰ ਭੁੱਲ ਜਾਂਦੀਆਂ ਨੇ ਇਹ ਭੁੱਲ ਨਹੀਂ ਚਾਹੀਦਾ ਜੋ ਜੋ ਸਾਡੇ ਜਿਹੜਾ ਚਾਹ ਕਾਗਰਸ ਨੇ ਕੀਤਾ ਚਾਹ ਬਾਦਲਾ ਨੇ ਕੀਤਾ ਚਾਹ ਹੁਣ ਆਖੋਤੀ ਇਨਕਲਾਬੀਆਂ ਦੀ ਸਰਕਾਰ ਕਰ ਰਹੀ ਹੈ ਜੋ ਸਾਡੇ ਨਾਲ ਕਰ ਰਹੀ ਹੈ ਇਹ ਸਭ ਨੂੰ ਟੱਪ ਗਏ ਯਾਰ ਹੈਰਾਨ ਮੈਂ ਤਾਂ ਹੱਦਾਂ ਐਨੀ ਤੱਕੇシャਹੀ ਯਾਰ ਸ਼ਰਿਆਂ ਮੈਂ ਯਾਰ ਤੁਸੀਂ ਲੋਕਾਂ ਨੂੰ ਐ ਦਬਕਾਈ ਜਾਂਦੇ ਹੋ ਰੋਕੀ ਜਾਂਦੇ ਹੋ ਸ਼ਰਿਆਂ ਆ ਮਾ ਕੇ ਤੁਹਾਡੀ ਆਜੀ ਕਹਿੰਦਾ ਮੁਸਲ ਦੇ ਪਿਓ ਨੂੰ ਕਿ ਤੂੰ ਜਲੰਧਰ ਨਹੀਂ ਜਾਣਾ ਕਿਉਂ ਭਈ ਕਿਤੇ ਪਿਓ ਦਾ ਜਲੰਧਰ ਵੀ ਕੋਈ ਜਾਵੇ ਨਾ ਫਿਰਸ ਕਰਕੇ ਅਪੀਲ ਆ ਬਈ ਜਲੰਧਰ ਵਾਲਿਓ ਜਿਨੂੰ ਮਰਜ਼ੀ ਪਾਓ ਚਾਹੇ ਨੋਟਾ ਨੂੰ ਪਾਓ ਪਰ ਇਹਨਾਂ ਨੂੰ ਇੱਕ ਵਾਰੀ ਦਿਖਾ ਦਿਓ ਨਹੀਂ ਜਾਦੇ ਚਾਂਬਲਣਗੇ ਜਾਦੇ ਲਾਚੜਨਗੇ ਫਿਰ ਦਿੱਲੀ ਵਾਲੇ ਹੋਰ ਜਾਦੇ ਜਨਮ ਸਾਡੇ ਤੇ ਪੰਜਾਬ ਦੇ ਲੋਕਾਂ ਦੇ ਕਰਨਗੇ ਇਹ ਸਭ ਨੂੰ ਇਹ ਇਕੱਲੇ ਇਕੱਲੇ ਨੂੰ ਇਹ ਨਿਸ਼ਾਨੇ ਤੇ ਲੈ ਰਹੇ ਨੇ ਜੇ ਚੌਹਨੇ ਆ ਮੂਸੇ ਵਾਲੇ ਦੇ ਪਿਓ ਨੂੰ ਇਨਸਾਫ ਮਿਲੇ ਉਹਦੀ ਰੂਹ ਨੂੰ ਇਨਸਾਫ ਮਿਲੇ ਉਹਦੀ ਆਤਮਾ ਨੂੰ ਇਨਸਾਫ ਮਿਲੇ ਤੇ ਇਹ ਇਹਨਾਂ ਇਹਨਾਂ ਨੂੰ ਨੱਥ ਪਾਵੇ ਜਿਹੜਾ ਇਹ ਝੂਠੇ ਮੁਕੱਦਮੇ ਦਰਜ ਕਰ ਰਹੇ ਆ ਫੇਰ ਬਾਈ ਐੱਚਸੀ ਸਭ ਕੋ ਸਿਖਾਉਣਾ ਸੋਡੀ ਜ਼ਮੀਰ ਦਾ ਜਲੰਧਰ ਵਾਲਾ ਪਤਾ ਲੱਗ ਜਾਣਾ ਕਿ ਤੁਸੀਂ ਕਿੱਥੇ ਕਿੱਗ ਜੋਗ ਰਹੇ ਹੋ ਕਿੱਥੇ ਖੜੇ ਧੰਨਵਾਦ ਕੀਤੀਆਂ ਹੋਈਆਂ ਗੱਲਾਂ ਬਾਈ ਥੱਲੇ ਟਿੱਪਣੀਆਂ ਕਰਕੇ ਨਾ ਛੱਡਿਆ ਕਰੋ ਯਾਰ ਕਿ ਬਾਈ ਠੀਕ ਆ ਯਾਰ ਚੰਗਾ ਯਾਰ ਟਿੱਪਣੀਆਂ ਪੰਜਾਬੀ ਚ ਕਰ ਦਿਆ ਕਰੋ ਮੈਂ ਬਹੁਤ ਚੜਦਾ ਕੂਕਦਾ ਆ ਗੁੱਡ ਨਾਈਸ ਇਹ ਨਾ ਇਹ ਨਾ ਲਿਖਿਆ ਕਰੋ ਬਾਈ ਬਣ ਕੇ ਯਾਰ ਥੱਲੇ ਪੰਜਾਬੀ ਚ ਲਿਖਿਆ ਕਰੋ ਜਿਹੜੀ ਵੀ ਗੱਲ ਲਿਖਣੀ ਆਪਾਂ ਦਸਤਕਤ ਕਰਨੇ ਆ ਕੁਛ ਵੀ ਕਰਨਾ ਪੰਜਾਬੀ ਚ ਕਰੋ ਯਾਰ ਆਪਣੀ ਬੋਲੀ ਨੂੰ ਬਚਾਉਣਾ ਮੈਂ ਬਾਰ ਬਾਰ ਤੁਹਾਨੂੰ ਅਪੀਲ ਕਰਦਾ ਵੀਰੇ ਬੋਲੀ ਬਚਾਓ ਯਾਰ ਹਮੇਸ਼ਾ ਮੇ ਇੱਕੋ ਗੱਲ ਦਾ ਨਾਰਾ ਮੇਰਾ ਰਿਹਾ ਪੰਜਾਬੀ ਉਹ ਜੱਗ ਵਿੱਚ ਸਾਡੀ ਤਾਂ ਹੀ ਰਹੂ ਕਹਾਣੀ ਜਾਉਂਦੇ ਰਹੇ ਜੇ ਸਾਡੀ ਬੋਲੀ ਤੇ ਪਾਣੀ ਅਸੀਂ ਬੋਲੀ ਤੇ ਪਾਣੀ ਨੂੰ ਬਚਾ ਲ ਗਏ ਆਪਣੇ ਕੁਦਰਤੀ ਵਸੀਲੇ ਸਾਂਭ ਲ ਗਏ ਆਪਣੇ ਇਤਿਹਾਸ ਨੂੰ ਸਾਂਭ ਲ ਗਏ ਹਰ ਪੰਜਾਬੀ ਅੱਗੇ ਮੇਰੀ ਅਪੀਲ ਹੈ ਇੰਨਾਂ ਗੱਲਾਂ ਉੱਤੇ ਬਾਈ ਕਲਾ ਲਿਖ ਕੇ ਨਾ ਛੱਡਿਆ ਕਰੋ ਮੈਂ ਕੀ ਬੋਲਦਾ ਮੇਰੀ ਕੱਲੀ ਕੱਲੀ ਗੱਲ ਤੇ ਅਮਲ ਵੀ ਕਰਿਆ ਕਰ ਤੇ ਆਪਣੇ ਤੇ ਲਾਗੂ ਵੀ ਕਰਿਆ ਕਰੋ ਜਾਉਂਦੇ ਵਸਤੇ ਰਹੋ ਪਤਾ ਲਾਦੇ ਹੁਣ